ਸਤਿ ਸ੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅੱਜ ਆਪਣੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਰਹੇ ਹਾਂ ਜੀ ਨਵੀਨਤਮ ਸਮਕਾਲੀ ਕਵਿਤਾ ਪੰਜਾਬ ਸੰਕਟ ਦੀ ਕਵਿਤਾ ਉੱਤਰ ਆਧੁਨਿਕਤਾ ਦੀ ਗੱਲ ਕਰਾਂਗੇ। ਵੀਡੀਓ ਦੇ ਵਿੱਚ ਜਿਹੜੇ ਪ੍ਰਸ਼ਨ ਲੈ ਕੇ ਆਏ ਹਾਂ ਉਹਨਾਂ ਪ੍ਰਸ਼ਨ ਦੇ ਜਵਾਬ ਦੇਣ ਦੇ ਨਾਲ ਨਾਲ ਤੁਹਾਡੇ ਨਾਲ ਕੁਝ ਪ੍ਰਸ਼ਨ ਅਸੀਂ ਆਪਣੇ ਵੱਲੋਂ ਕਰਾਂਗੇ ਜਿਹੜੀਆਂ ਹੁਣ ਤੱਕ ਆਪਾਂ ਕਰ ਚੁੱਕੇ ਆਧੁਨਿਕ ਕਾਵਿ ਝੁਕਾ ਉਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ। ਉਮੀਦ ਆ ਕਿ ਤੁਸੀਂ ਕਮੈਂਟ ਦੇ ਵਿੱਚ ਉਹਦਾ ਜਵਾਬ ਜ਼ਰੂਰ ਦੇਵੋਗੇ ਜੀ। ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਸ਼ਨ ਤੁਹਾਡੇ ਲਈ ਇਹੀ ਬਣ ਜਾਂਦਾ ਕਿ ਜੁਝਾਰਵਾਦੀ ਝੁਕਾਵ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ। ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝ ਬਣਾਈ ਸੀ, ਪਤਾ ਤੁਸੀਂ ਸੁਣਿਆ ਹੋਣਾ ਧਿਆਨ ਨਾਲ। ਉਮੀਦ ਕਰਦੇ ਹਾਂ ਕਿ ਫਟਾਫਟ ਤੁਸੀਂ ਜਵਾਬ ਦੇਵੋਗੇ। ਜੁਝਾਰਵਾਦੀ ਝੁਕਾਵ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ, ਇਹਦਾ ਜ਼ਰੂਰ ਕਮੈਂਟ ਕਰਕੇ ਜਵਾਬ ਦਿਓ। ਇੱਥੋਂ ਪਤਾ ਲੱਗੂਗਾ ਕਿ ਤੁਸੀਂ ਕਿੰਨੇ ਕੁ ਧਿਆਨ ਨਾਲ ਵੀਡੀਓ ਨੂੰ ਪਹਿਲਾਂ ਸਮਝਿਆ ਹੋਇਆਗਾ। ਠੀਕ ਹੈ ਜੀ। ਇੱਕ ਨਾਲ ਹੀ ਹੋਰ ਸਵਾਲ ਬਣ ਜਾਂਦਾ ਇੱਥੇ ਕਿ ਪ੍ਰਯੋਗਵਾਦੀ ਅਤੇ ਜੁਝਾਰਵਾਦੀ ਝੁਕਾਵ ਦੇ ਵਿੱਚ ਇੱਕ ਖਾਸ ਅੰਤਰ ਕੀ ਆ, ਦੋਵਾਂ ਦੇ ਵਿੱਚ ਕਿਹੜਾ ਅੰਤਰ ਆ ਖਾਸ, ਆਪਾਂ ਇਹਦੇ ਬਾਰੇ ਗੱਲ ਕੀਤੀ ਹੈ ਪਹਿਲਾਂ। ਉਮੀਦ ਕਰਦੇ ਹਾਂ ਕਿ ਇਹਦਾ ਜਵਾਬ ਵੀ ਤੁਸੀਂ ਦੇਵੋਗੇ ਜੀ ਜ਼ਰੂਰ। ਜਿਹੜੇ ਨਵੇਂ ਆਏ ਚੈਨਲ 'ਤੇ ਉਹ ਸਬਸਕ੍ਰਾਈਬ ਕਰ ਲਿਓ, ਜ਼ਰੂਰ ਪਿਛਲੀਆਂ ਵੀਡੀਓ ਦੇਖਿਓ, ਅਤੇ ਜਿਨ੍ਹਾਂ ਦੀ ਪਹਿਲਾਂ ਵੀਡੀਓ ਦੇਖੀ ਹੋਈ ਨੇ ਉਹ ਜ਼ਰੂਰ ਜਵਾਬ ਦਿਓ ਜੀ। ਚਾਰ ਪੰਜ ਕੁ ਸਵਾਲ ਦੇਖਦੇ ਹਾਂ ਆਪਾਂ, ਜਿੰਨੇ ਕੁ ਹੋਏ ਆਪਾਂ ਪਹਿਲਾਂ ਸਵਾਲ ਕਰਾਂਗੇ ਅਤੇ ਨਾਲ ਦੀ ਨਾਲ ਫਿਰ ਆਪਾਂ ਅਗਲੀ ਗੱਲ ਕਰਨੀ ਆ। ਪ੍ਰਯੋਗਵਾਦੀ ਝੁਕਾਅ ਦੇ ਵਿੱਚ ਆਪਾਂ ਇੱਕ ਸਵਾਲ ਤੁਹਾਡੇ ਲਈ ਕਿ ਪੰਜਾਬੀ ਦਾ ਪਹਿਲਾ ਸੁਚੇਤ ਪ੍ਰਯੋਗਵਾਦੀ ਕਵੀ ਕਿਹੜਾ ਜੀ, ਜਿਹਨੇ ਪ੍ਰਯੋਗਵਾਦ ਝੁਕਾਅ ਦੇ ਵਿੱਚ ਰਚਨਾ ਕੀਤੀ ਹੈ ਸੁਚੇਤ ਰੂਪ ਦੇ ਵਿੱਚ, ਉਹ ਪ੍ਰਯੋਗਵਾਦੀ ਕਵੀ ਕਿਹੜਾ ਗਾ, ਅਤੇ ਉਹਦੇ ਬਾਰੇ ਦੱਸਣਾ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਪ੍ਰਗਤੀਵਾਦੀ ਝੁਕਾਅ ਦਾ ਜਿਹੜਾ ਸਮਾਂ ਗਾ ਉਹ ਦੱਸਣਾ, ਕਦੋਂ ਤੋਂ ਇਹ ਸ਼ੁਰੂਆਤ ਹੁੰਦੀ ਹੈ ਅਤੇ ਕਦੋਂ ਜਾ ਕੇ ਇਹਦੀ ਸਮਾਪਤੀ ਹੁੰਦੀ ਹੈ। ਤਕਰੀਬਨ ਆਪਾਂ ਸਮਾਂ ਦੱਸਿਆ ਸੀਗਾ ਪਹਿਲਾਂ, ਉਹ ਜਵਾਬ ਤੁਸੀਂ ਦੇਣਾ ਜੀ ਜ਼ਰੂਰ। ਪ੍ਰਗਤੀਵਾਦੀ ਝੁਕਾਅ ਦਾ ਸਮਾਂ ਅਤੇ ਪ੍ਰਗਤੀਵਾਦੀ ਝੁਕਾਅ ਦੇ ਪ੍ਰਮੁੱਖ ਕਵੀ ਜਿਹੜੇ ਕਿ ਤੁਹਾਡੇ ਮਾਸਟਰ ਕੈਡਰ ਦੇ ਸਿਲੇਬਸ ਦੇ ਵਿੱਚ ਵੀ ਨੇ, ਉਹਨਾਂ ਦੇ ਨਾਮ ਜ਼ਰੂਰ ਦੱਸਿਓ ਜੀ ਕਿਹੜੇ ਕਿਹੜੇ ਨੇ ਜਿਹੜੇ ਕਿ ਪ੍ਰਗਤੀਵਾਦੀ ਝੁਕਾਅ ਨਾਲ ਜੁੜੇ ਹੋਏ ਆ। ਉਮੀਦ ਕਰਦੇ ਹਾਂ ਕਿ ਇਹਦਾ ਜਵਾਬ ਦੇਵੋਗੇ ਜੀ। ਹਾਂਜੀ, ਰੋਮਾਂਸਵਾਦੀ ਝੁਕਾਅ ਦਾ ਮੋਢੀ ਦੱਸ ਦਿਓ ਕੌਣ ਸੀ, ਰੋਮਾਂਸਵਾਦੀ ਝੁਕਾਅ ਦਾ ਮੋਢੀ ਕਿਹੜਾ ਸੀਗਾ ਜੀ, ਜ਼ਰੂਰ ਦੱਸਿਓ। ਕਿਉਂਕਿ ਇਹਨਾਂ ਇਸ ਤਰੀਕੇ ਨਾਲ ਸਾਰੇ ਜਿਹੜੇ ਝੁਕਾਵ ਆਪਾਂ ਪਹਿਲਾਂ ਕੀਤੇ ਆ ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਜੂਗਾ। ਜਿਹੜੇ ਨਵੇਂ ਆਏ ਜ਼ਰੂਰ ਵੀਡੀਓ ਦੇਖ ਲਓ ਜੀ। ਰੋਮਾਂਸਵਾਦੀ ਝੁਕਾਅ ਦਾ ਮੋਢੀ ਕੌਣ ਸੀਗਾ, ਨਵਰਹੱਸਵਾਦ ਪੈਦਾ ਕਿਵੇਂ ਹੋਇਆ, ਨਵਰਹੱਸਵਾਦ ਝੁਕਾਅ ਗਾ ਉਹ ਪੈਦਾ ਕਿਵੇਂ ਹੋਇਆ, ਇਹ ਜਵਾਬ ਜ਼ਰੂਰ ਦਿਓ। ਅਤੇ ਨਵਰਹੱਸਵਾਦੀ ਝੁਕਾਅ ਦਾ ਮੋਢੀ ਕੌਣ, ਇਹ ਵੀ ਜਵਾਬ ਜ਼ਰੂਰ ਦਿਓ ਜੀ। ਆਪਾਂ ਇਹਦੇ ਬਾਰੇ ਗੱਲ ਤੁਹਾਡੇ ਨਾਲ ਕੀਤੀ ਹੋਈ ਹੈ ਪਹਿਲਾਂ, ਉਮੀਦ ਆ ਕਿ ਸਭ ਦੇ ਦਿਮਾਗ ਦੇ ਵਿੱਚ ਤੁਹਾਡੇ ਯਾਦ ਹੋਣਗੀਆਂ ਗੱਲਾਂ। ਰਵਾਇਤੀ ਕਿੱਸਾਕਾਰੀ ਦੇ ਵਿੱਚ ਜਿਹੜੇ ਸਾਡੇ ਕੋਲ ਕਾਵਿ ਪਾਤਰ ਨੇ ਉਹ ਕਿਹੜੇ ਕਿਹੜੇ ਸੀਗੇ ਜੀ, ਰਵਾਇਤੀ ਕਿੱਸਾਕਾਰੀ ਵਿੱਚ ਕਾਵਿ ਪਾਤਰ ਕਿਹੜੇ ਕਿਹੜੇ ਸੀਗੇ, ਇਹਦਾ ਜਵਾਬ ਜ਼ਰੂਰ ਦਿਓ ਜੀ। ਕਾਵਿ ਪਾਤਰ ਕਹਿ ਸਕਦੇ ਹਾਂ ਜਾਂ ਇਹਦੇ ਨਾਇਕ ਪਾਤਰ, ਰਵਾਇਤੀ ਕਿੱਸਾਕਾਰੀ ਦੇ ਨਾਇਕ ਪਾਤਰ ਵੀ ਕਹਿ ਸਕਦੇ ਹਾਂ, ਆਪਾਂ ਪਹਿਲਾਂ ਵੀਡੀਓ 'ਚ ਗੱਲ ਕੀਤੀ ਸੀ, ਉਹਦਾ ਜਵਾਬ ਜ਼ਰੂਰ ਦਿਓ। ਹੁਣ ਆਪਾਂ ਅਗਲੇ ਜਿਹੜੇ ਪ੍ਰਸ਼ਨ ਨੇ ਉਹ ਤੁਹਾਡੇ ਨਾਲ ਸਾਂਝ ਬਣਾਉਣ ਲੱਗੇ ਹਾਂ, ਸੁਣਿਓ ਧਿਆਨ ਨਾਲ ਇੱਕ ਪ੍ਰਸ਼ਨ ਨੂੰ। ਠੀਕ ਹੈ ਜੀ। ਹਾਂਜੀ, ਪਹਿਲਾਂ ਤਾਂ ਨਵੀਨਤਮ ਸਮਕਾਲੀ ਕਵਿਤਾ ਦੇ ਵਿੱਚ ਅਸੀਂ ਕੁਝ ਜਿਹੜੇ ਗਜ਼ਲਕਾਰ ਨੇ ਉਹਨਾਂ ਦੇ ਨਾਮ ਤੁਸੀਂ ਪੜ੍ਹ ਲਓ ਸਕਰੀਨ 'ਤੇ, ਇਹਨਾਂ ਨੂੰ ਧਿਆਨ 'ਚ ਰੱਖਿਓ। ਧਿਆਨ ਦੇ ਪੱਖ ਤੋਂ ਮੌਲਾ ਬਖਸ਼ ਕੁਸ਼ਤਾ, ਗੁਰਦੇਵ ਨਿਰਧਨ, ਸਾਧੂ ਸਿੰਘ ਹਮਦਰਦ, ਦੀਪਕ ਜੈਤੋਈ, ਕੰਵਰ ਚੌਹਾਨ, ਸਤਪਾਲ ਆਨੰਦ, ਸ਼੍ਰੀ ਰਾਮ ਅਰਸ ਅਤੇ ਗੁਰਦੀਪ, ਇਹ ਗਜ਼ਲਕਾਰ ਨੇ ਜੀ, ਇਹਨਾਂ ਨੂੰ ਯਾਦ ਰੱਖਿਓ। ਨੈੱਟ ਦੇ ਇਮਤਿਹਾਨ ਦੇ ਵਿੱਚ ਪ੍ਰਸ਼ਨ ਬਣ ਜਾਂਦੇ ਨੇ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਗਜ਼ਲਕਾਰ ਨਹੀਂ ਹੈਗਾ, ਅਤੇ ਇਹ ਸਾਰੇ ਦੇ ਸਾਰੇ ਨਾਮ ਧਿਆਨ 'ਚ ਹੋਣਗੇ ਤਾਂ ਸਾਨੂੰ ਪਤਾ ਹੋਊਗਾ ਕਿ ਗੁਰਦੇਵ ਨਿਰਧਨ ਹੋਵੇ ਚਾਹੇ ਮੌਲਾ ਬਖਸ਼ ਕੁਸ਼ਤਾ, ਦੀਪਕ ਜੈਤੋਈ ਅਤੇ ਸਾਧੂ ਸਿੰਘ ਹਮਦਰਦ, ਕੋਈ ਵੀ ਇਹਨਾਂ 'ਚੋਂ ਨਾਮ ਹੋਵੇ ਉਹਨੂੰ ਧਿਆਨ 'ਚ ਰੱਖਿਓ। ਇਹ ਨਵੀਨਤਮ ਸਮਕਾਲੀ ਕਵਿਤਾ ਦੇ ਵਿੱਚ ਆਏ ਹੋਏ ਕੁਝ ਗਜ਼ਲਕਾਰ ਨੇ। ਫਿਰ ਨਵੀਨਤਮ ਸਮਕਾਲੀ ਕਵਿਤਾ ਨੂੰ ਹੋਰ ਕਿਸ ਨਾਮ ਨਾਲ ਅਸੀਂ ਜਾਣਦੇ ਜਾਂ ਕੀ ਕਹਿੰਦੇ ਕਿਹਾ ਜਾਂਦਾ ਗਾ, ਇਸ ਝੁਕਾਅ ਨੂੰ ਉਸ ਝੁਕਾਅ ਨੂੰ ਕਿਹਾ ਜਾਂਦਾ ਜੀ, ਪੰਜਾਬ ਸੰਕਟ ਦੀ ਕਵਿਤਾ ਵੀ ਕਿਹਾ ਜਾਂਦਾ ਅਤੇ ਉੱਤਰ ਆਧੁਨਿਕਤਾ ਦੀ ਕਵਿਤਾ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਨਾਮ, ਤਿੰਨੇ ਨਾਮ, ਉੱਤਰ ਆਧੁਨਿਕਤਾ ਦੀ ਕਵਿਤਾ, ਪੰਜਾਬ ਸੰਕਟ ਦੀ ਕਵਿਤਾ ਅਤੇ ਸਮਕਾਲੀਨ ਕਵਿਤਾ, ਇਹ ਉਸ ਸਮੇਂ ਦੀ ਕਵਿਤਾ ਗਈ ਸਮਕਾਲੀਨ, ਪੰਜਾਬ ਸੰਕਟ ਦੇ ਸਮੇਂ ਦੀ, ਅਤੇ ਇਹ ਤਿੰਨੇ ਚਾਰੇ ਗੱਲਾਂ ਨੂੰ ਧਿਆਨ 'ਚ ਰੱਖਿਓ। ਅਤੇ ਅਗਲਾ ਗੱਲ ਹੈ ਕਿ ਇਸ ਨਵੀਨਤਮ ਸਮਕਾਲੀ ਕਵਿਤਾ ਦਾ ਚਿੰਤਾ ਦਾ ਵਿਸ਼ਾ ਕੀ ਰਿਹਾ ਗਾ, ਉਹ ਸੀਗਾ ਜੀ ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਅਤੇ ਖੁੱਲ੍ਹੀ ਮੰਡੀ ਦਾ ਜੰਗਲ। ਮਤਲਬ ਇਹ ਗੱਲ ਨੂੰ ਧਿਆਨ 'ਚ ਰੱਖਿਓ, ਸ਼ਬਦਾਵਲੀ ਥੋੜ੍ਹੀ ਬਹੁਤੀ ਬਦਲ ਕੇ ਆ ਸਕਦੀ ਹੈ। ਨੌਕਰਸ਼ਾਹੀ ਦੀ ਗੱਲ ਹੈ, ਭ੍ਰਿਸ਼ਟਾਚਾਰ ਨੌਕਰਸ਼ਾਹੀ ਦੇ ਵਿੱਚ ਭ੍ਰਿਸ਼ਟਾਚਾਰੀ ਦੀ ਗੱਲ ਹੈ, ਖੁੱਲ੍ਹੀ ਮੰਡੀ ਦਾ ਜੰਗਲ ਕਿਹਾ ਗਿਆ ਗਾ ਜੀ। ਠੀਕ ਹੈ, ਲੁੱਟ ਖਸੁੱਟ ਹੈ ਇਹਦੇ ਵਿੱਚ, ਕਾਫੀ ਗੱਲਾਂ ਨੇ, ਸੋਸਤ ਹੋ ਰਿਹਾ ਵਰਗ, ਜਿਹੜਾ ਕਿ ਮੱਧਵਰਗੀ ਵਰਗ, ਆਪਾਂ ਉਹਦੀ ਗੱਲ ਕਰਾਂਗੇ। ਠੀਕ ਹੈ ਨਾ, ਇਹ ਗੱਲਾਂ ਨੂੰ ਧਿਆਨ 'ਚ ਰੱਖਿਓ। ਨਵੀਨਤਮ ਸਮਕਾਲੀ ਕਵਿਤਾ ਦਾ ਕੇਂਦਰੀ ਵਿਸ਼ਾ ਕੀ ਰਿਹਾ, ਫਿਰ ਇਹ ਵੀ ਪਤਾ ਹੋਣਾ ਚਾਹੀਦਾ। ਸੰਸਾਰ ਦੇ ਵਿੱਚ ਮਾਰੂ ਹਥਿਆਰਾਂ ਅਤੇ ਤਜਰਬਿਆਂ, ਨਵੇਂ ਸੰਚਾਰ ਸਾਧਨਾਂ ਅਤੇ ਆਵਾਜਾਈ ਦੇ ਸ਼ੋਰ, ਵੱਧਦੀ ਆਬਾਦੀ ਅਤੇ ਕੁਦਰਤੀ ਪ੍ਰਦੂਸ਼ਣ ਆਦਿ ਇਸ ਦੇ ਕੇਂਦਰੀ ਵਿਸ਼ੇ ਰਹੇ ਨੇ ਜੀ।
ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ। ਨਵੀਨਤਮ ਸਮਕਾਲੀ ਕਵਿਤਾ ਦੇ ਵਿਸ਼ਿਆਂ ਦੇ ਜਿਹੜੇ ਝੁਕਾਅ ਦੇ ਵਿੱਚ ਰਚਨਾਵਾਂ ਰਚੀਆਂ ਗਈਆਂ, ਤਕਰੀਬਨ ਉਹਨਾਂ ਨੇ ਅਜਿਹੇ ਵਿਸ਼ਿਆਂ ਨੂੰ ਲੈ ਕੇ ਹੀ ਕਵਿਤਾਵਾਂ ਲਿਖੀਆਂ ਜੀ। ਹਾਂਜੀ, ਇੱਕ ਆਪਾਂ ਨਾ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜੁਝਾਰਵਾਦੀ ਝੁਕਾਅ ਦੀ। ਹਾਂ, ਜੁਝਾਰਵਾਦੀ ਝੁਕਾਅ ਦੇ ਵਿੱਚ ਮਨੁੱਖੀ ਜੀਵਨ ਦੇ ਕਿਹੜੇ ਉੱਚੇ ਅਤੇ ਸੁੱਚੇ ਮੁੱਲ ਦੀ ਗੱਲ ਕੀਤੀ ਗਈ ਆ? ਮਨੁੱਖੀ ਜੀਵਨ ਦੇ ਕਿਹੜੇ ਉੱਚੇ ਅਤੇ ਸੁੱਚੇ ਮੁੱਲ ਦੀ ਗੱਲ ਕੀਤੀ ਗਈ ਆ? ਇਹ ਵੀ ਕਮੈਂਟ ਕਰਕੇ ਜ਼ਰੂਰ ਜਵਾਬ ਦਿਓ ਜੀ। 5-7 ਪ੍ਰਸ਼ਨ ਹੋ ਗਏ, ਉਮੀਦ ਕਰਦੇ ਹਾਂ ਕਿ ਉਹਨਾਂ 'ਚੋਂ ਕੁਝ ਜਵਾਬ ਦੇਵੋਗੇ। ਕਮੈਂਟ ਕਰਿਓ ਜ਼ਰੂਰ, ਵੀਡੀਓ ਨੂੰ ਲਾਈਕ ਕਰਨਾ ਜਾਂ ਅੱਗੇ ਸ਼ੇਅਰ ਕਰਨਾ ਹੁਣ ਤੁਹਾਡੀ ਮਰਜ਼ੀ ਹੈ। ਵੀਡੀਓ ਚੰਗੀ ਲੱਗਦੀਆਂ ਨੇ, ਤੁਹਾਨੂੰ ਲੱਗਦੀਆਂ ਨੇ ਕਿ ਤੁਹਾਡੇ ਕਿਸੇ ਦੋਸਤ ਮਿੱਤਰ ਦੀ ਕੰਮ ਆ ਸਕਦੀਆਂ ਨੇ, ਤਾਂ ਉਹਨਾਂ ਤੱਕ ਪਹੁੰਚ ਦੀ ਕਰ ਦਿਆ ਕਰੋ। ਨਹੀਂ ਤਾਂ ਚੈਨਲ ਚੱਲਦਾ ਹੀ ਰਹਿਣਾ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਾਂਗੇ। ਤੁਸੀਂ ਹੱਸਦੇ ਵੱਜਦੇ ਰਹੋ, ਖੁਸ਼ ਰਹੋ, ਰੱਬ ਰੱਖਾ, ਤਰੱਕੀਆਂ ਮਾਣੋ।